3.5 ਮੀਟਰ ਸਿੰਗਲ ਪਰਨਾ ਮੋਨੇ ਵੀਰਾਂ ਦੇ ਲਈ ਖਾਸ ਵੀਡੀਓ ਅੱਜ ਦੀ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਦੋਸਤਾਂ ਮਿੱਤਰਾਂ ਤੱਕ ਤੇ ਜਿਹੜੇ ਵੀਰ ਸਟਾਰ ਭੇਜ ਸਕਦੇ ਹੋ ਸਟਾਰ ਜ਼ਰੂਰ ਭੇਜ ਦਿਓ ਸਭ ਤੋਂ ਪਹਿਲਾਂ ਇੱਕ ਕੰਨੀ ਅੰਦਰਲੀ ਸਾਈਡ ਮੋੜ ਕੇ ਆਪਾਂ ਪੂਣੀ ਹਲਕੀ ਜੀ ਕਰ ਲਾਂਗੇ ਜਿਹੜੀ ਕੰਨੀ ਅੰਦਰਲੀ ਸਾਈਡ ਮੋੜਾਂਗੇ ਉਹ ਆਪਾਂ ਬੰਨ੍ਹਦੇ ਟਾਈਮ ਥੱਲੇ ਵਾਲੀ ਸਾਈਡ ਰੱਖਣੀ ਆ ਸੋ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਜ਼ਰੂਰ ਟਰਾਈ ਕਰਿਓ ਦੇਖ ਕੇ ਵੀਡੀਓ ਨਾਲ ਦੀ ਨਾਲ ਵੀਡੀਓ ਸਟਾਰਟ ਕਰਕੇ ਪਰਨਾ ਜ਼ਰੂਰ ਬੰਨ੍ਹਿਓ ਪੰਜ ਚਾਰ ਵਾਰ ਜਦੋਂ ਤੁਸੀਂ ਬੰਨ੍ਹੋਗੇ ਵਧੀਆ ਪ੍ਰੈਕਟਿਸ ਦੇ ਅਬ ਤੋਂ ਪਹਿਲਾਂ ਇੱਕ ਕੰਨੀ ਜਿਹੜੀ ਥੱਲੇ ਆਪਾਂ ਅੰਦਰਲੀ ਸਾਈਡ ਮੋੜੀਏ ਥੱਲੇ ਅੰਦਰਲੀ ਸਾਈਡ ਜਿਹੜੀ ਮੋੜੀਆ ਕੰਨੀ ਉਹ ਥੱਲੇ ਰੱਖਦੇ ਹੋਏ ਆਪਾਂ ਪਹਿਲਾ ਲੜ ਲਗਾਵਾਂਗੇ ਤੇ ਧਿਆਨ ਚ ਰੱਖਣਾ ਪਹਿਲੇ ਲੜ ਦੇ ਨਾਲ ਅੱਧੀ ਅੱਖ ਅੱਧੀ ਗੱਲ ਤੇ ਅੱਧਾ ਕੰਨ ਕਵਰ ਕਰ ਲਾਂਗੇ ਲੜ ਥੋੜਾ ਜਿਹਾ ਚੜਾਈ ਚ ਲਾਉਣਾ ਪਰਨੇ ਦਾ ਤੇ ਦੂਸਰੀ ਸਾਈਡ ਫੇਰ ਉੱਥੋਂ ਦੀ ਲਿਆਉਣਾ ਲੜ ਜਿੱਥੋਂ ਦੀ ਆਪਾਂ ਪਹਿਲਾ ਲੜ ਲੈ ਕੇ ਆਏ ਸੀ ਪਹਿਲਾਂ ਸੋ ਤੁਸੀਂ ਦੇਖ ਸਕਦੇ ਹੋ ਤੇ ਇਦੋਂ ਬਾਅਦ ਦੇ ਵਿੱਚ ਕੀ ਕਰਨਾ ਫਰੰਟ ਤੋਂ ਇਕੱਠਾ ਕਰਨਾ ਲੜ ਜੇਕਰ ਮੋਨੇ ਵੀਰ ਬਨ ਰਹੇ ਆ ਪਰਨਾ ਤਾਂ ਲੜਾਂ ਦੇ ਵਿੱਚ ਗੈਪ ਆਪਾਂ ਫਾਸਲਾ ਘੱਟ ਰੱਖਾਂਗੇ ਹਲਕਾ ਜਿਹਾ ਪੂਲੇ ਹੱਥ ਦੇ ਨਾਲ ਬੰਨਣਾ ਤਾਂ ਕਿ ਵਧੀਆ ਫਲਾਫਟਾ ਜਾਵੇ ਤੇ ਬਾਅਦ ਵਿੱਚ ਦੇਖਣ ਦੇ ਵਿੱਚ ਵੀ ਜਿਹੜੀ ਪਰਨੇ ਦੀ ਸ਼ੇਪ ਆ ਉਹ ਸੋਹਣੀ ਲੱਗੇ ਪੂਣੀ ਨਾਲ ਦੀ ਨਾਲ ਕਰਨੀ ਆ ਦੋਵੇਂ ਸਾਈਡ ਵਾਲੀਆਂ ਕੰਨੀਆਂ ਉੱਪਰ ਇਕੱਠੀਆਂ ਕਰਕੇ ਥੱਲੇ ਬੰਦ ਪਾਸ ਆ ਜਾਊਗਾ ਸਾਰੇ ਲੜਾਂ ਦੇ ਵਿੱਚ ਹੀ ਨਾਲ ਦੀ ਨਾਲ ਪੂਣੀ ਇਸੇ ਤਰੀਕੇ ਨਾਲ ਕਰਨੀ ਆ ਤੇ 프ਰੰਟ ਤੋਂ ਆਪਾਂ ਜਿਹੜਾ ਕੱਪੜਾ ਉਹ ਇਕੱਠਾ ਕਰ ਲੈਣਾ ਫੁੱਲ ਵੈਲ ਕੱਪੜੇ ਦੇ ਵਿੱਚ ਆਪਾਂ ਜਿਹੜਾ ਪਰਨਾ ਬਨ ਰਹੇ ਆ ਤੋ ਸਾਰੇ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਸਾਂਝਾ ਵੀ ਜਰੂਰ ਕਰੋ ਵੀਡੀਓ ਨੂੰ ਜਿਹੜੇ ਵੀਰ ਸਟਾਰ ਭੇਜ ਸਕਦੇ ਸਟਾਰ ਵੀ ਜਰੂਰ ਭੇਜਣ ਤੇ ਪੂਣੀ ਆਪਾਂ ਨਾਲ ਦੀ ਨਾਲ ਕਰ ਲੈਣੀ ਆ ਦੋਵੇਂ ਪਾਸੇ ਵਾਲੇ ਕੰਨੀਆਂ ਵਾਲੇ ਪਾਸੇ ਉੱਪਰ ਇਕੱਠੇ ਕਰਕੇ ਥੱਲੇ ਬੰਦ ਪਾਸਾ ਰੱਖਦੇ ਹੋਏ ਪੋਲੇ ਹੱਥ ਦੇ ਨਾਲ ਆਪਾਂ ਪਰਨਾ ਬੰਨਣਾ ਸਾਢੇ 1-3 ਮੀਟਰ ਲੈਂਥ ਆ ਤੁਸੀਂ ਦੇਖਿਓ ਬਹੁਤ ਵਧੀਆ ਲੱਗੂਗਾ ਪਰਨਾ ਬੰਨਿਆ ਹੋਇਆ ਤੇ ਇਸ ਤੋਂ ਬਾਅਦ ਫਿਰ ਇਕੱਠਾ ਕੀਤਾ ਲੜ ਇੱਥੋਂ ਆਪਾਂ ਹਲਕਾ ਹਲਕਾ ਉੱਪਰ ਵਾਲੀ ਸਾਈਡ ਨੂੰ ਜਿਹੜੀ ਸ਼ੇਪ ਪਰਨੇ ਦੀ ਉਹ ਚੱਕਦੇ ਜਾਵਾਂਗੇ ਤਾਂ ਕਿ ਥੋੜਾ ਜਿਹਾ ਪਟੇਲਾ ਸਾਈਡ ਟੱਚ ਦੇ ਵਿੱਚ ਦੇਖਣ ਨੂੰ ਵੀ ਵਧੀਆ ਲੱਗੇ ਤੇ ਇਸ ਤੋਂ ਬਾਅਦ ਅਗਲਾ ਲੜ ਅਗਲਾ ਲੜ ਫੇਰ ਇਹ ਤੋਂ ਲਾਸਟਲਾ ਲੜਾ ਹੁਣ ਕਰਕੇ ਇੱਥੇ ਆਪਾਂ ਹਲਕੀ ਸਫਾਈ ਕਰ ਲਾਂਗੇ ਤੁਸੀਂ ਦੇਖੋ ਇਹ ਤੋਂ ਕੰਨੀ ਆਪਣੀ ਬਾਹਰਲੀ ਸਾਈਡ ਆ ਗਈ ਸੀ ਇਹਨੂੰ ਅੰਦਰਲੀ ਸਾਈਡ ਮੋੜਨਾ ਆਪਾਂ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜੇ ਪੱਗ ਬੰਨ੍ਹਦੇ ਟਾਈਮ ਪਰਣਾ ਬੰਨ੍ਹਦੇ ਟਾਈਮ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਉਸੇ ਟੌਪਿਕ ਦੇ ਉੱਤੇ ਜਿਹੜੀ ਵੀਡੀਓ ਆ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਤਾਂ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਜਿਹੜੀ ਦਸਤਾਰ ਆ ਜਾਂ ਪਰਨਾ ਆਪਣਾ ਤੁਸੀਂ ਬਨ ਸਕੋ। ਲਾਸਟ ਤੇ ਨੋਕ ਤੋਂ ਲੜ ਮੋੜਿਆ ਨੋਕ ਤੋਂ ਲੜ ਮੋੜ ਕੇ ਤੁਸੀਂ ਦੇਖੋ ਸਫਾਈ ਦੇ ਨਾਲ ਇਧਰੋਂ ਤੁਸੀਂ ਲੜ ਲਾ ਸਕਦੇ ਹੋ ਜੇ ਹਲਕੇ ਹਲਕੇ ਬਾੜ ਵੀ ਪਾ ਜਾਣਗੇ ਤਾਂ ਤਾਂ ਵੀ ਕੋਈ ਚੱਕਰ ਨਹੀਂ ਐਡਾ। ਤੇ ਲਾਸਟ ਲੜ ਲਾਸਟ ਲੜ ਜੇ ਤਾਂ ਤੁਹਾਡਾ ਪੂਰਾ ਆਉਂਦਾ ਤਾਂ ਤੁਸੀਂ ਸਿੱਧੇ ਦਾ ਸਿੱਧਾ ਦਸਤਾਰ ਵਾਂਗੂ ਵੀ ਲਾ ਸਕਦੇ ਹੋ ਜੇ ਥੋੜਾ ਜਿਹਾ ਘਟਦਾ ਹੈਗਾ ਛੋਟਾ ਰਹਿ ਜਾਂਦਾ ਤਾਂ ਤੁਸੀਂ ਥੱਲੇ ਜਿਹੜਾ ਅੰਦਰਲੀ ਸਾਈਡ ਲੜ ਦੇ ਵਿੱਚ ਲੜ ਇੱਥੇ ਮੋੜ ਦਮੋਗੇ ਇਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਮੋੜ ਕੇ ਤੁਸੀਂ ਦੇਖੋ ਕਿ ਵਧੀਆ ਸ਼ੇਪ ਆ ਜਿਹੜੀ ਪਰਨੇ ਦੀ ਉਹ ਬਣ ਚੁੱਕੀ ਹੈ ਜੇ ਤੁਹਾਨੂੰ ਲੱਗਦਾ ਹੁੰਦਾ ਕਿ ਮਾੜਾ ਮੋਟਾ ਦਸਤਾਰ ਜਾਂ ਪਰਨਾ ਥੋੜਾ ਟੇਢਾ ਬੰਨਿਆ ਗਿਆ ਉਹ ਤੁਸੀਂ ਬਾਅਦ ਦੇ ਵਿੱਚ ਸੈਟਿੰਗ ਦੇ ਵਿੱਚ ਕਰ ਸਕਦੇ ਹੋ ਤੇ ਇੱਥੇ ਆਪਾਂ ਉਹ ਵੀ ਤੁਹਾਨੂੰ ਸੈਟਿੰਗ ਦੇ ਵਿੱਚ ਕਰਕੇ ਦਿਖਾਵਾਂਗੇ ਤੇ ਬਾਅਦ ਵਿੱਚ ਆਪਾਂ ਸਰ ਕਵਰ ਕਰਾਂਗੇ ਸਰ ਕਵਰ ਕਰਨ ਤੋਂ ਬਾਅਦ ਜਿਹੜਾ ਪਰਨਾ ਆਪਣਾ ਪ੍ਰੋਪਰਲੀ ਉਹ ਬੰਨਿਆ ਜਾ ਚੁੱਕੇਗਾ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਪਰਨਾ ਬੰਨਿਆ ਹੋਇਆ ਤੇ ਇਸ ਤੋਂ ਬਾਅਦ ਆਪਾਂ ਹਲਕਾ ਜਿਹਾ ਤੁਸੀਂ ਦੇਖੋ ਹੁਣ ਆਪਾਂ ਇਹਨੂੰ ਧੌਣ ਨੂੰ ਇੱਕ ਜਗ੍ਹਾ ਰੱਖ ਕੇ ਪਰਨਾ ਘਮਾਵਾਂਗੇ ਹਲਕਾ ਜਿਹਾ ਵਧੀਆ ਸ਼ੇਪ ਆ ਜਿਹੜੀ ਉਹ ਬਣ ਚੁੱਕੀ ਆ ਸੋ ਤੁਸੀਂ ਦੇਖ ਸਕਦੇ ਹੋ ਜੇ ਬਲਾਂ ਦੀ ਵੀ ਸੈਟਿੰਗ ਤੁਸੀਂ ਕਰਨੀ ਚਾਹੁੰਦੇ ਹੋ ਉਹ ਵੀ ਤੁਸੀਂ ਹਲਕੀ ਹਲਕੀ ਕਰ ਸਕਦੇ ਹਾਂ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਾਂਦੇ ਜਾਂਦੇ ਆਪਣਾ ਕੀਮਤੀ ਕਮੈਂਟ ਜਾਂ ਜੇਕਰ ਤੁਸੀਂ ਕੋਈ رائے ਦੇਣੀ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਸਾਂਝੀ ਜ਼ਰੂਰ ਕਰਨਾ ਮਿਲਦੇ ਆਂ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ